ਸਾਰਿਆਂ ਤੋਂ ਪਹਿਲਾਂ ਸ਼ੁਕਰੀਆ ਦਾ ਤੁਹਾਡੇ ਸਾਰਿਆਂ ਦਾ, ਜਿੰਨੇ ਮੇਰੇ ਵੀਰਾਂ ਨੇ, ਮੇਰੀਆਂ ਭੈਣਾਂ ਨੇ, ਮੇਰੇ ਭਰਾਵਾਂ ਨੇ ਇੰਨੀਆਂ ਦੁਆਵਾਂ ਕੀਤੀਆਂ ਗਾਣੇ ਦੇ ਲਈ। ਆਪਾਂ ਨੂੰ ਦੁੱਖੀ ਪ੍ਰਵਾਹ ਨਹੀਂ, ਹੈ ਨਾ, ਇੱਥੇ ਹੁੰਦੇ ਹਾਂ 24 ਘੰਟੇ। ਹਿੰਮਤ ਆ, ਬਰਾਬਰ ਤੇ ਬਰਾਬਰ ਗਾਣਾ ਕੱਢੋ। ਮੇਰੀਆਂ ਵੀਡੀਓ ਜੀਆਂ ਬਣਾ ਬਣਾ ਕੇ ਪਾ ਰਹੇ ਆ ਜਿਹੜੇ ਸਿਸਟਮ, ਹੈ ਨਾ, ਕੋਈ ਡੱਕਾ ਪ੍ਰਵਾਹ ਨਹੀਂ। ਜਿੰਨੀਆਂ ਪੈਂਦੀਆਂ ਉਨੀਆਂ ਪਾ ਲਓ, ਘਰੇ 7500 ਹੋਰ ਪਾ ਲਓ, ਗਿੱਧਾ ਮੈਂ ਉਵੇਂ ਪਾਉਂ ਨਾ। ਲੀਲੀਆਂ ਫੀਲੀਆਂ ਨਾ ਪਲੇਰਾਂ 'ਚ, ਨਾ ਸਾਲੇ ਸਪੇਰਾਂ 'ਚ, ਨਾ ਦੁੱਕੀਆਂ ਤਿੱਕੀਆਂ, ਹੈ ਨਾ, ਐਵੇਂ ਬੋਲੀਆਂ ਨਹੀਂ। ਤੂੰ ਬਜ਼ਾਰਾ ਜਿਹੜੀ ਕਟਰੀਨਾ ਕੈਬ ਆਉਣੀ ਆ ਭਰਾਵਾਂ, ਤਾਂ ਇਹੋ ਜਿਹੀਆਂ ਐਡਾ ਨਜ਼ਾਰਾ ਆ ਰਿਹਾ ਵੀ ਕਹਿਣ ਗਾਣਾ ਫੇਰ ਮੈਂ ਗਾਲ ਕੱਢਤੀ ਨਾ, ਨਿਕਲ ਜਾਂਦੀ ਕੀ ਕਰਾਂ। ਬਾਈ ਯਾਰ, ਸਾਰਿਆਂ ਤੋਂ ਪਹਿਲਾਂ ਤਾਂ ਨਾ ਗੱਲ ਕਰਨੀ ਸੀ, ਸਾਹ ਜਿਹੜਾ ਪਿਆ ਯਾਰ ਖੇਡ ਖੇਡ ਕੇ ਨਾ, ਜਦੋਂ ਵੀ ਇੱਕ ਦੋ ਦਿਨ ਦਾ ਗੈਪ ਪੈ ਜਾਂਦਾ ਅਤੇ ਗਰਮੀ ਬਹੁਤ ਹੋਈ ਪਈ ਆ, ਉਹੀ ਅੱਜ ਅਤੇ ਸਿਰਾ ਬਾਈ। ਬਾਈ ਪਹਿਲਾਂ ਤਾਂ ਸਾਰਿਆਂ ਤੋਂ ਪਹਿਲਾਂ ਸ਼ੁਕਰੀਆ ਦਾ ਤੁਹਾਡੇ ਸਾਰਿਆਂ ਦਾ, ਜਿੰਨੇ ਮੇਰੇ ਵੀਰਾਂ ਨੇ, ਮੇਰੀਆਂ ਭੈਣਾਂ ਨੇ, ਮੇਰੇ ਭਰਾਵਾਂ ਨੇ ਇੰਨੀਆਂ ਦੁਆਵਾਂ ਕੀਤੀਆਂ ਗਾਣੇ ਦੇ ਲਈ ਅਤੇ ਇੰਨਾ ਪਿਆਰ ਦਿੱਤਾ ਮਿਊਜ਼ਿਕ ਨੂੰ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸਾਰਿਆਂ ਨੂੰ, ਲਵ ਯੂ ਆ ਸਾਰਿਆਂ ਨੂੰ। ਮੈਨੂੰ ਕਹਿਣ ਦੀਆਂ ਗੱਲਾਂ ਨਹੀਂ ਲੱਗਦੀਆਂ ਹੈਗੀਆਂ ਬਸ, ਪਰ ਮੈਂ ਤੁਹਾਨੂੰ ਕਹਿੰਦਾ ਵੀ ਤੁਹਾਡੇ ਸਾਰਿਆਂ ਦੇ ਅੱਗੇ ਸਿਰ ਝੁਕਦਾ ਤੁਹਾਡੇ ਭਰਾ ਦਾ, ਠੀਕ ਹੈ, ਤੁਹਾਡੇ ਛੋਟੇ ਵੀਰ ਦਾ। ਕਈ ਵਾਰੀ ਕੋਈ ਗੁਸਤਾਖੀ ਗਲਤੀ ਹੁੰਦੀ ਹੈ ਡਾਰਲਿੰਗ, ਮੈਨੂੰ ਮਾਫ਼ ਕਰਿਓ, ਠੀਕ ਹੈ ਨਾ, ਅਤੇ ਅੱਗੇ ਤੋਂ ਜੇ ਕੋਈ ਚੰਗੀ ਮਾੜੀ ਚੀਜ਼ ਵੀ ਲੱਗੀ ਉਹਦੇ ਬਾਰੇ ਵੀ ਦੱਸਿਓ ਅਤੇ ਅਗਲੀ ਵਾਰੀ ਸੁਧਾਰਾਂਗੇ ਉਸ ਚੀਜ਼ ਨੂੰ। ਬਹੁਤ ਬਹੁਤ ਸ਼ੁਕਰੀਆ ਵੀਰੇ, 1 ਮਿਲੀਅਨ ਕਮੈਂਟ ਪੂਰੇ ਹੋ ਗਏ। ਹਾਂ ਹਾਂ ਡਾਰਲਿੰਗ, ਉਹੀ ਮੈਂ ਉਹੀ ਚੀਜ਼ ਦਾ ਥੈਂਕ ਯੂ ਕਰਦਾ ਸੀ ਡਾਰਲਿੰਗ, ਵੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜਾਨ, ਤੁਸੀਂ ਵੀ ਮੇਰੇ ਨਾਲੋਂ ਪਹਿਲਾਂ ਜਵਾਬ ਤੁਸੀਂ ਦਿੰਦੇ ਹੋ, ਹੈ ਨਾ, ਅਤੇ ਮੈਂ ਚਾਹੁੰਦਾ ਵੀ ਨਹੀਂ ਮੈਂ ਕਦੇ ਕਿਸੇ ਨੂੰ ਜਵਾਬ ਦੇਵਾਂ, ਕਿਉਂਕਿ ਹਰੇਕ ਜ਼ਿੰਦਗੀ ਦੇ ਵਿੱਚ ਬੰਦੇ ਦੇ ਮਿਆਰ ਆਉਂਦੇ ਰਹਿੰਦੇ ਨੇ, ਹੈ ਨਾ, ਹੌਲੀ ਹੌਲੀ ਹਰੇਕ ਚੀਜ਼ ਤੋਂ ਬੰਦਾ ਸਿੱਖਦਾ ਅਤੇ ਡੇ ਬਾਏ ਡੇ ਗਰੋ ਹੁੰਦਾ, ਹੈ ਨਾ, ਅਤੇ ਆਪਾਂ ਵੀ ਹੋ ਰਹੇ ਹਾਂ, ਚੰਗੀਆਂ ਚੀਜ਼ਾਂ ਵੀ ਸਿੱਖ ਰਹੇ ਹਾਂ, ਹੈ ਨਾ, ਮਾੜੀਆਂ ਨੂੰ ਛੱਡ ਰਹੇ ਹਾਂ ਹੌਲੀ ਹੌਲੀ, ਅਤੇ ਕੋਸ਼ਿਸ਼ ਇਹੀ ਹੈ ਵੀ ਵਧੀਆ ਚੰਗੇ ਘੈਂਟ ਚੀਜ਼ਾਂ ਕਰੀਏ, ਕੰਮ ਵਧੀਆ ਕਰੀਏ, ਹੈ ਨਾ, ਕੋਈ ਨਾ ਕੋਈ ਇਹੋ ਜਿਹੀ ਛਾਪ ਛੱਡੇ ਜਿਹੜੀ ਮੁੜ ਕੇ ਸਾਰੀ ਜ਼ਿੰਦਗੀ ਯਾਦ ਰੱਖੋ ਤੁਸੀਂ ਸਾਰੇ ਜਣੇ, ਹੈ ਨਾ, ਅਤੇ ਬਸ ਵੀ ਉਹ ਕਹਿੰਦੇ ਹੁੰਦੇ ਨੇ ਵੀ ਹਿਸਟਰੀ ਮੇਕਿੰਗ 'ਚ ਹੈ, ਅਤੇ ਬਾਬੇ ਜੀ ਇਹ ਮਿਹਰ ਹੀ ਤੁਹਾਡਾ ਸਾਰਿਆਂ ਦਾ ਆਸ਼ੀਰਵਾਦ ਰਿਹਾ ਤਾਂ ਕੰਮ ਅਜਾ ਮੈਂ ਬਹੁਤ ਗ੍ਰੈਂਡ ਕਰ ਦਿਆਂਗੇ। ਇੱਕ ਤਾਂ ਤੁਹਾਨੂੰ ਮੱਝ ਦਿਉਂਗਾ ਖੁਸ਼ਖਬਰੀ ਡਾਰਲਿੰਗ ਸਾਰਿਆਂ ਨੂੰ, ਅਤੇ ਇੱਕ ਮੈਂ ਤੁਹਾਨੂੰ ਸਿਸਟਮ ਗੱਲਾਂ ਹੀ ਸੀਗੀਆਂ, ਉਹ ਸਿਸਟਮ ਵੀ ਨਹੀਂ ਸੀ ਕੁਛ, ਮੈਂ ਇਹ ਗੱਲ ਕਹਿੰਦਾ ਡਾਰਲਿੰਗ ਵੀ ਮੈਂ ਨਾ ਬੜੀਆਂ ਚੀਜ਼ਾਂ ਦੇਖਦਾ ਹੁੰਦਾ ਯਾਰ, ਕਈ ਵਾਰੀ ਗਾਣਾ ਕੋਈ ਮੇਰੇ ਵਿਰੋਧੀ ਮੈਨੂੰ ਕੋਈ ਸੌ ਕੁਛ ਬੋਲਦੇ ਨੇ ਬੇਫਾਲਤੂ ਦੀ, ਹੈ ਨਾ, ਚਲੋ ਲੀਲੀਆਂ ਫੀਲੀਆਂ ਨੇ ਜੋ ਆਪਾਂ ਕਹਿੰਦੇ ਹਾਂ ਨਾ, ਵੀ ਇੱਕੀ ਦੁੱਕੀ ਕਹਿ ਦਿੰਦੇ ਹਾਂ, ਕੁਛ ਵੀ ਕਹਿ ਲਓ, ਹੈ ਨਾ, ਚਲੋ ਜਿਵੇਂ ਵੀ ਆਪਾਂ ਕਹਿੰਦੇ, ਹੈ ਨਾ, ਚਲ ਠੀਕ, ਆਪਾਂ ਨੂੰ ਨਹੀਂ ਚੰਗੇ ਲੱਗਦਾ ਕੋਈ, ਠੀਕ, ਆਪਾਂ ਨੂੰ ਪਰਵਾਹ ਵੀ ਕਿਸੇ ਦੀ ਕੋਈ ਨਹੀਂ, ਹੈ ਨਾ, ਦੁੱਕੀ ਪਰਵਾਹ ਨਹੀਂ ਕਿਸੇ ਦੀ, ਹੈ ਨਾ, ਜਮੀ ਮੈਂ ਇਹੀ ਗੱਲ ਡਾਰਲਿੰਗ, ਮੈਂ ਤਾਂ ਇਹ ਚੀਜ਼ ਸਿੱਖ ਗਿਆ, ਤੁਸੀਂ ਇਹ ਚੀਜ਼ਾਂ ਸਿੱਖੋ, ਹੈ ਨਾ, ਜਾਣ ਜਿੰਨੀ ਮੇਰੇ ਭੈਣ ਭਰਾ ਅਸਲ ਤਾਂ ਤੁਸੀਂ ਮੇਰੇ ਤੋਂ ਵੱਧ ਸਿਆਣੇ, ਮੇਰੇ ਤੋਂ ਵੱਧ ਅਕਲ, ਪਰ ਵੀ ਇਹ ਵੀ ਲੀਰ ਫਕੀਰ ਬੰਦਿਆਂ ਬਾਰੇ ਤੁਸੀਂ ਮਾੜਾ ਚੰਗਾ ਬੋਲੋਗੇ ਡਾਰਲਿੰਗ, ਤਾਂ ਇਹ ਆਪਣੀ ਵੀ ਇਹ ਹੁਣ ਦੁਨੀਆ ਇਹੋ ਜਿਹੀ ਹੈ ਵੀ ਜਿਹਨੂੰ ਜੇ ਇਹਨਾਂ ਨੂੰ ਆਪਾਂ ਗਾਲ ਵੀ ਕੱਢਦੇ ਹੋ ਨਾ, ਤੁਸੀਂ ਮੰਨ ਲਓ ਵੀ ਤੁਸੀਂ ਕਿਸੇ ਨੂੰ ਲੰਡੂ ਕਹਿਣ ਖਾਤਰ ਵੀ ਕਿਸੇ ਦੇ ਪੇਜ 'ਤੇ ਜਾਂਦੇ ਹੋ ਨਾ, ਉਹ ਇਸ ਚੀਜ਼ ਨੂੰ ਆਪਣੀ ਮਹਾਨਤਾ ਮੰਨਦੇ ਨੇ ਵੀ ਹਾਂ ਸਾਡੇ ਤਾਂ ਬਹੁਤ ਫੋਲੋਅਰ ਬਣ ਗਏ। ਸ਼ਰਮ ਸ਼ਰਮ ਤਾਂ ਇੱਥੇ ਅੱਜ ਕੱਲ੍ਹ ਮੇਰਾ ਭਰਾ ਸਾਰਾ ਪੈਸੇ ਦੇ ਸਿਸਟਮ ਲੱਗਿਆ ਹੋਇਆ, ਇੱਜਤ ਉੱਜਤ ਤਾਂ ਇਹਨਾਂ ਨੂੰ ਕੋਈ ਨਹੀਂ ਹੈਗਾ, ਬੇਇੱਜ਼ਤੀ ਦਾ ਕੋਈ ਨਹੀਂ, ਮਾਵਾਂ ਦੀਆਂ ਭੈਣਾਂ ਦੀਆਂ ਗਾਲਾਂ ਕੋਈ ਇਹਨਾਂ ਨੂੰ ਮੈਟਰ ਨਹੀਂ ਕਰਦੇ, ਅੱਜ ਦੇ ਡੇਟ 'ਚ ਮੈਟਰ ਕਰਦਾ ਸਿਰਫ ਪੈਸਾ, ਫੋਲੋਅਰਸ, ਠੀਕ ਹੈ ਨਾ। ਅਤੇ ਡਾਰਲਿੰਗ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਵੀ ਦੇਖੋ, ਮੈਂ ਤਾਂ ਮੈਨੂੰ ਆਪਾਂ ਨੂੰ ਦੁੱਖੀ ਪ੍ਰਵਾਹ ਨਹੀਂ, ਹੈ ਨਾ, ਇੱਥੇ ਹੁੰਦੇ ਹਾਂ 24 ਘੰਟੇ, ਹੈ ਨਾ, ਠੀਕ ਹੈ ਨਾ, ਵੀ ਕੋਈ ਕਿਸੇ ਦੀ ਪ੍ਰਵਾਹ ਨਹੀਂ, ਕਿਆ ਮੇਰਾ ਕਿਆ ਵਿਗਾੜਨਗੇ, ਹੈ ਨਾ, ਮੇਰਾ ਨਹੀਂ ਵਿਗਾੜ ਸਕਦੇ ਆ, ਠੀਕ ਹੈ ਨਾ, ਕੋਈ ਰੌਲਾ ਨਹੀਂ ਆਪਣੇ, ਵੀ ਜੁੱਤੀ ਦੀਆਂ ਨੋਕਾਂ ਵੀ ਨਹੀਂ ਹੈਗੀਆਂ, ਹੈ ਨਾ, ਪਰ ਮੈਂ ਤੁਹਾਨੂੰ ਇਹੀ ਮੈਂ ਕਹਿਣਾ ਹੁੰਦਾ ਮੇਰਾ ਵੀਰ, ਇੱਕ ਤਾਂ ਜਦੋਂ ਆਪਾਂ ਕਿਸੇ ਨੂੰ ਮਾੜਾ ਚੰਗਾ ਬੋਲਦੇ ਹਾਂ ਉਹ ਨੈਗੇਟਿਵਿਟੀ ਦਿੰਦੇ ਆਪਾਂ, ਹੈ ਨਾ, ਸਾਰੇ ਏਰੀਏ 'ਚ, ਹੈ ਨਾ, ਵੀ ਜਦੋਂ ਆਪਾਂ ਕਈ ਵਾਰੀ ਮੈਂ ਵੀ ਖਿਜਿਆ ਬੋਲ ਜਾਂਦਾ, ਹੈ ਨਾ, ਸਾਰੇ ਇਨਸਾਨ ਆ ਆਫਟਰ ਆਲ, ਅਤੇ ਆਪਾਂ ਨੂੰ ਲੱਗਦਾ ਕਈ ਵਾਰੀ ਵੀ ਆਪਾਂ ਬੋਲ ਜਾਂਦੇ ਹਾਂ, ਹੈ ਨਾ, ਪਰ ਵੀ ਮੈਂ ਤੁਹਾਨੂੰ ਇਹੀ ਚੀਜ਼ ਕਹਿਣਾ ਵੀ ਵੀਰੇ, ਕਾਹਦੇ ਖਾਤਰ, ਜਿਹੜੇ ਹਈ ਲੀਰਾਂ ਨੇ ਉਹਨਾਂ ਦਾ ਕਿਆ ਕਰਨਾ, ਹੈ ਨਾ, ਆਪਾਂ ਕੋਈ ਇਸ਼ੂ ਨਹੀਂ ਹੈਗਾ, ਕਿਸੇ ਨੂੰ ਮਾੜਾ ਚੰਗਾ ਨਾ ਮੇਰਾ ਭਰਾ ਬੋਲਿਆ ਕਰੋ, ਕਿਸੇ ਦੇ ਪੇਜ 'ਤੇ ਮੇਮ ਬਣਾ ਕੇ ਪਾਉਣ ਦੀ ਲੋੜ ਨਹੀਂ, ਕੋਈ ਰੌਲੇ ਵਾਲੀ ਗੱਲ ਨਹੀਂ, ਅਤੇ ਜਿਹੜੀਆਂ ਦੁੱਕੀਆਂ ਮੇਮ ਬਣਾ ਬਣਾ ਪਾਉਂਦੀਆਂ ਨੇ ਇਹਨਾਂ ਦੀ ਆਪਦੀ ਕੋਈ ਔਕਾਤ ਨਹੀਂ ਹੁੰਦੀ, ਬਾਕੀ ਜਿੰਨੀ ਗੱਲ ਹੈ ਨਾ, ਜਿਹੜਾ ਇਹ ਮੇਰਾ ਮੇਮ ਬਣਾਉਂਦੇ ਨੇ ਇਹਨਾਂ ਨੂੰ ਕਹਿੰਦੇ ਵੀ ਹਿੰਮਤ ਆ, ਬਰਾਬਰ 'ਤੇ ਬਰਾਬਰ ਗਾਣਾ ਕੱਢੋ, ਕੰਮ ਕਰੋ, ਕੰਮ ਦੇ ਵਿੱਚ ਜੋ ਵੀ ਆਪਾਂ ਕਰਦੇ ਹਾਂ, ਹੈ ਨਾ, ਵੀ ਜੋ ਰਿਜ਼ਲਟ ਦੇਣਾ ਕੰਮ 'ਚ ਦਿਓ, ਠੀਕ ਹੈ ਨਾ, ਕਿਸੇ ਨੂੰ ਮਾੜਾ ਚੰਗਾ ਬੋਲ ਕੇ ਜਾਂ ਨੈਗੇਟਿਵਿਟੀ ਕ੍ਰੀਏਟ ਕਰਕੇ ਕਿਸੇ ਬਾਰੇ ਕਿਸੇ ਨੂੰ ਗਾਲਾਂ ਕੱਢ ਕੇ ਕਿਸੇ ਦੇ ਪੇਜ ਦੇ ਕੇ ਥੱਲੇ ਕਮੈਂਟਾਂ ਕਰਕੇ, ਇਹ ਕੰਮ ਆਪਾਂ ਨਹੀਂ ਕਰਨਾ ਵੀਰੇ ਹੁਣ ਤੋਂ, ਹੁਣ ਜਿੰਨੇ ਮੇਰੇ ਭੱਜ ਨੂੰ ਮੈਨੂੰ ਭਰਾ ਮੰਨਦੇ ਆ, ਠੀਕ ਹੈ ਨਾ, ਕਿਉਂਕਿ ਜੇ ਇਹਨਾਂ ਨੂੰ ਦੁੱਕੀਆਂ ਨੂੰ ਤੁਸੀਂ ਊਂ ਗਾਲ ਵੀ ਕੱਢਦੇ ਹੋ, ਸਾਲੇ ਉਹਦੇ 'ਚ ਵੀ ਮੰਨਦੇ ਵੀ ਸਾਡੀ ਚੜ੍ਹਾਈ ਹੈ, ਹੈ ਨਾ, ਅਤੇ ਦੁੱਕੀਆਂ ਨੇ ਆਲਵੇਜ਼ ਦੁੱਖੀ ਰਹਿਣਾ, ਹੈ ਨਾ, ਆਪਾਂ ਗਾਲਾਂ ਕਈ ਵਾਰੀ ਆਪਾਂ ਵੀ ਵੀ ਹੁਣ ਤੱਕ ਦਾ ਇਤਿਹਾਸ ਇਹ ਹੈ 2 ਸਾਲਾਂ ਦਾ ਵੀ ਆਪਾਂ ਲੰਡੂ ਕਹਿ ਕੇ ਹੀ ਚੜ੍ਹਾ ਦੇ ਕਈ, ਹੈ
ਹਨਾ ਵੀ ਸਾਲਿਆ ਤੂੰ ਲੰਡੂਆਂ 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 ਕਹਿ ਕਹਿ ਕੇ ਤਾਂ ਤੱਕ ਲੈ ਗਏ ਹਨਾ ਮੇਰਾ ਭਰਾ। ਪਹਿਲੀ ਗੱਲ ਤਾਂ ਇਹ ਹੈ ਵੀ ਡਾਰਲਿੰਗ ਆਪਣਾ ਤਾਮਜਾਮ ਇਹ ਬਾਬੇ ਦੀ ਕਿਰਪਾ ਨਾਲ ਹਰੇਕ ਬੰਦੇ ਨੂੰ ਪਰਮਾਤਮਾ ਨੇ ਆਪੋ ਆਪਣਾ ਰਸਤਾ ਦੇ ਕੇ ਤੁਰਿਆ ਹੋਇਆ ਹਨਾ, ਅਤੇ ਉਹਨੇ ਉਹੀ ਖਾਣਾ ਮੇਰੀ ਕਿਸਮਤ ਦੇ ਵਿੱਚ ਜੋ ਤੋਰਿਆ ਹੋਇਆ ਹਨਾ, ਮੇਰੀ ਕਿਸਮਤ ਦੇ ਵਿੱਚ ਪਰਮਾਤਮਾ ਨੇ ਜੋ ਲਿਖਿਆ ਹੋਇਆ ਮੈਂ ਉਹ ਖਾ ਕੇ ਹੀ ਮਰਨਾ, ਖਾ ਕੇ ਹੀ ਮਰਨਾ। ਇਵੇਂ ਸਾਰੀ ਸਾਰਿਆਂ 'ਤੇ ਅਪਲਾਈ ਹੁੰਦੀ ਹੈ, ਤੁਹਾਡੇ 'ਤੇ ਵੀ ਹੁੰਦੀ ਹੈ, ਠੀਕ ਹੈ। ਨਾ ਤਾਂ ਕੋਈ ਐਡਾ ਕੋਈ ਘੈਂਟ ਹੈਗਾ ਵੀ ਕੋਈ ਕਿਸੇ ਦਾ ਖਾਓ ਖੋਲੂਗਾ ਹੈ ਨਾ, ਨਾ ਕਿਸੇ ਦੇ ਕੋਈ ਬਰਾਬਰ ਆਪਣੇ ਗਾਣੇ ਛੱਡ ਕੇ ਜਾਂ ਕਿਆ ਕਿਸੇ ਦੀ ਕੋਈ ਘਬਰਾਹਟ ਨਹੀਂ ਡਾਰਲਿੰਗ ਹੈ ਨਾ। ਆਪਾਂ ਤਾਂ ਠਿੱਕ ਠੋਕ ਕੇ ਕਰੀਦਾ ਜੋ ਕਰੀਦਾ ਨਾ, ਕੋਈ ਦਿੱਕਤ ਨਹੀਂ। ਪਰ ਮੇਰਾ ਵੀਰ ਇੱਕੋ ਹੀ, ਮੈਂ ਤੁਹਾਨੂੰ ਸਾਰਿਆਂ ਨੂੰ ਭਰਾਵਾਂ ਨੂੰ ਕਹਿੰਦਾ ਵੀ ਸਾਰੇ ਇੱਕੋ ਜਿਹਾ ਡਾਰਲਿੰਗ। ਜੇ ਆਪਾਂ ਕਿਸੇ ਬਾਰੇ ਮਾੜਾ ਜਾਂ ਇੱਕੋ ਹੀ ਸ਼ਬਦ ਨੈਗੇਟਿਵਿਟੀ 'ਚ ਲੈ ਕੇ ਜਾਂਦੇ ਨਾ ਜਾਣ, ਉਹ ਆਪਣੇ ਲਈ ਮਾੜਾ, ਠੀਕ ਹੈ ਨਾ। ਉਹਨਾਂ ਦਾ ਕੁਛ ਨਹੀਂ ਜਾਂਦਾ, ਉਹ ਤਾਂ ਭਾਲ ਦਿਨ ਤਾਂ ਸਾਲੇ ਚੜ੍ਹਾਈ ਮਾਰਦੇ, ਮੇਰੇ ਫੋਲੋਅਰ ਵਧੇ, ਦੇਖ ਮੈਂ ਸਿੱਧੂ ਨਾਲ ਲੜਿਆ, ਮੇਰੇ ਫੋਲੋਅਰ ਵਧੇ ਹੈ ਨਾ। ਆਹ ਚੀਜ਼ 'ਚ ਹੈ ਨਾ ਜਾਣ, ਮੈਂ ਉਹੀ ਕਹਿੰਦਾ ਵੀ ਡਾਰਲਿੰਗ ਸਾਰਿਆਂ ਕੋਲ ਤੁਹਾਡੇ ਕੋਲ ਬਹੁਤ ਕੀਮਤੀ ਟਾਈਮ ਆ। ਆ ਜੋ ਅਸੀਂ ਮੈਂ ਕਰ ਰਹੇ ਹਾਂ ਗਾਣੇ ਗੁਣੇ ਕਰ ਰਹੇ ਹਾਂ ਜਾਣ, ਇਹ ਤੁਹਾਡਾ ਇੰਟਰਟੇਨਮੈਂਟ ਹੈ, ਇੰਟਰਟੇਨਮੈਂਟ ਕਰੋ ਜੋ ਵੀ ਕਰਦੇ ਹੋ ਨਾ, ਨਜ਼ਾਰੇ ਲਓ ਆਪਣੀ ਜ਼ਿੰਦਗੀ ਦੇ ਹੈਨਾ। ਪਰ ਦੁੱਖੀਆਂ ਵਾਸਤੇ ਆਪਾਂ ਹੈਗੇ ਹਾਂ, ਕੋਈ ਰੌਲਾ ਨਹੀਂ ਹੈ ਨਾ, ਆਪਣਾ ਕੰਮ ਹੈਗਾ, ਠੀਕ ਹੈ ਨਾ। ਇੱਕ ਸ਼ਬਦ ਬੋਲਿਆ ਹੋਇਆ ਵੀ ਇਹਨਾਂ ਨੂੰ ਚੜ੍ਹਾਈ ਦਿੰਦਾ ਤੁਹਾਡਾ ਹੈ ਨਾ, ਗਾਲ ਗੂਲ ਵੀ ਨਹੀਂ ਕੱਢਣੀ ਕਿਉਂਕਿ ਸਾਲੇ ਗਾਲਾਂ ਨੂੰ ਵੀ ਇੱਜ਼ਤ ਮੰਨਦੇ ਨੇ, ਠੀਕ ਹੈ ਨਾ। ਦੂਜੀ ਗੱਲ ਵੀ ਕਿਸੇ ਨੂੰ ਇਹ ਹੈ ਵੀ ਵਹਿਮ ਕੱਢ ਦਿਆਂਗੇ, ਵਹਿਮ ਕੱਢਣ ਨੂੰ ਇੱਥੇ ਬੈਠੇ ਹਾਂ, ਠੀਕ ਹੈ ਨਾ। ਕੋਈ ਰੌਲਾ ਨਹੀਂ ਸਾਡੇ ਨਾਲ ਗੱਲ ਕਰਨ, ਜਿਹਨੇ ਵਹਿਮ ਕੱਢਣਾ ਜੋ ਕਰਨਾ ਹੈ ਨਾ, ਐਡੇ ਘੈਂਟ ਨੇ ਜਿਹੜੇ, ਕੋਈ ਇਸ਼ੂ ਵਾਲੀ ਗੱਲ ਨਹੀਂ, ਠੀਕ ਹੈ। ਮਿਊਜ਼ਿਕ ਕਰਨਾ ਆ ਜਾਓ, ਮਿਊਜ਼ਿਕ ਕਰੀ ਜਾਂਦੇ, ਮੈਂ ਵੀ ਆਪਦਾ ਕਰੀ ਜਾਂਦਾ, ਤੁਸੀਂ ਵੀ ਕਰੀ ਜਾਂਦਾ, ਕੱਢੋ ਉਸ ਚੀਜ਼ ਦੇ ਵਿੱਚ ਹੈ ਨਾ, ਠੀਕ ਹੈ ਨਾ। ਅਤੇ ਦੂਜੀ ਗੱਲ ਹੈ ਨਾ ਕਿ ਇਹੀ ਨਿਬੇੜਦਾ, ਪਹਿਲਾਂ ਮੈਂ ਇਹੀ ਨਿਬੇੜਦਾ। ਦੂਜੀ ਗੱਲ ਵੀਰੇ, ਮੈਂ ਕੱਲ੍ਹ ਪਰਸੋਂ ਦੇਖ ਰਿਹਾ ਸੀ ਵੀ ਕੰਟਰੋਵਰਸੀ, ਮੈਂ ਨਾ ਬਾਈ ਕਈ ਦਿਨ ਹੋ ਗਏ, ਮੈਂ ਪੋਸਟ ਵੀ ਪਾ ਕੇ ਹਟਿਆ ਵੀ ਚੱਲ ਜੋ ਵੀ ਕੁਛ ਹੋਈ ਜਾਂਦਾ ਹੈ ਨਾ, ਵੀ ਚੱਲ ਯਾਰ ਮੈਂ ਦੇਖੀ ਜਾਂਦਾ ਹੁੰਦਾ ਵੀ ਕੀ ਸਾਲਾ ਹੈ ਨਾ, ਕੀ ਉਹ ਮੈਂ ਕਰ ਦੂੰ ਜੀ, ਮੈਂ ਉਹ ਕਰ ਦੂੰ, ਕੋਈ ਰੌਲੇ ਵਾਲੀ ਗੱਲ ਨਹੀਂ, ਠੀਕ ਹੈ ਨਾ। ਆਪਣਾ ਆਪਣੀ ਕਹਿੰਦੇ ਹੁੰਦੇ ਚੁੱਪ ਬਹੁਤ ਕੁਛ ਜਵਾਬ ਦੇ ਦਿੰਦੀ ਹੈ ਹਮੇਸ਼ਾ, ਹੈ ਨਾ। ਚੁੱਪ ਰਹਿਣਾ ਡਾਰਲਿੰਗ, ਹੈ ਨਾ। ਮੈਂ ਤਾਂ ਇਹ ਚੀਜ਼ ਸਿੱਖ ਲਈ ਵੀ ਚੁੱਪ ਰਹਿਣਾ, ਠੀਕ ਹੈ ਨਾ। ਵੱਧੋ ਘੱਟ ਕਿਸੇ ਨੂੰ ਬੋਲਣ ਨਹੀਂ, ਉਹਦਾ ਕੰਮ ਤੱਕ ਮਤਲਬ ਰੱਖੋ, ਠੀਕ ਹੈ। ਮੈਂ ਤੈਨੂੰ ਕੀ ਕਹਿੰਦੇ ਹੁੰਦੇ ਆ, ਥੋੜ੍ਹਾ ਟਾਈਮ ਦਾ ਚੁੱਪ ਹੋਇਆ, ਗਾਣੇ ਚੱਲਣ ਵੜ ਜਾਂਦੇ ਲੋਕਾਂ ਦੇ, ਹੈ ਨਾ। ਸਿਸਟਮ ਵੀ ਆਪਾਂ ਕਦੇ ਵੀ ਡਾਰਲਿੰਗ, ਹੈ ਨਾ। ਮੈਂ ਇਹ ਨਹੀਂ ਕਹਿੰਦਾ ਵੀ ਯਾਰ ਮੈਂ ਕਿਸੇ ਨੂੰ ਮੇਰੇ ਸਿਰੋਂ ਕਿਸੇ ਦੀ ਰੋਟੀ ਚੱਲ ਵੀ ਸਿਸਟਮ ਚੱਲ ਰਿਹਾ ਵੀ ਜਾਂ, ਹੈ ਨਾ, ਠੀਕ ਹੈ ਨਾ। ਉਹ ਸਾਰਿਆਂ ਨੂੰ ਪਤਾ ਵੀ ਕੌਣ ਕਿਆ ਕਰ ਰਿਹਾ, ਕਿਸੇ ਮੈਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈਗੀ, ਹੈ ਨਾ। ਮੈਂ ਹੁਣ ਬਾਜੂ ਬਾਜੂ ਉਹੀ ਗੱਲਾਂ ਰਿਪੀਟ ਕਰੀ ਜਾਵਾਂ, ਪਰ ਆਪਾਂ ਇਹ ਵੀ ਨਹੀਂ ਕਹਿ ਰਹੇ ਵੀ ਆਪਾਂ ਬਹੁਤ ਘੈਂਟ ਆ, ਪਰ ਇਹ ਗੱਲ ਹੈ ਵੀ ਆਪਦੇ ਕੰਮ ਤੱਕ ਖਬਰਾਂ ਰੱਖੋ, ਹੈ ਨਾ। ਸਾਰੇ ਰੱਖਦੇ ਨੇ, ਆਪਾਂ ਵੀ ਰੱਖ ਰਹੇ ਹਾਂ, ਠੀਕ ਹੈ ਨਾ। ਤਾਂ ਮਜ਼ਾ ਮਨਾ। ਦੂਜੀ ਗੱਲ ਇਹ ਹੈ ਵੀ ਜਿਹੜੇ ਇਹ ਕਹਿ ਰਹੇ ਨੇ ਵੀ ਅਸੀਂ ਐਂ ਕਰਦੇ ਮੇਰੀਆਂ ਵੀਡੀਓ ਜਾਂ ਬਣਾ ਬਣਾ ਕੇ ਪਾ ਰਹੇ ਆ ਜਿਹੜੇ ਸਿਸਟਮ, ਹੈ ਨਾ, ਕੋਈ ਡੱਕਾ ਪਰਵਾਹ ਨਹੀਂ। ਜਿੰਨੀਆਂ ਪੈਨੀਆਂ ਉੰਨੀਆਂ ਪਾ ਲਓ, ਕਰੇ 7500 ਹੋਰ ਪਾ ਲਓ, ਗਿੱਧਾ ਮੈਂ ਉਵੇਂ ਪਾਓ, ਠੀਕ ਹੈ ਨਾ। ਕੋਈ ਰੌਲੇ ਵਾਲੀ ਗੱਲ ਨਹੀਂ। ਗਾਣੇ ਤੁਹਾਡੇ ਤੋਂ ਰੁਕ ਰਿਹਾ, ਤੁਹਾਡੇ ਵਾਲਿਆਂ ਨੂੰ ਕਹਿ ਦਿਓ ਵੀ ਆ ਜਾਓ ਜਿਹਨੇ ਆਉਣਾ, ਠੀਕ ਹੈ ਨਾ। ਕੋਈ ਰੌਲੇ ਵਾਲੀ ਗੱਲ ਨਹੀਂ, ਇਹ ਦਿੱਕਤ ਨਹੀਂ। ਮਿਊਜ਼ਿਕ ਹੈ ਜਾਣ, ਮਿਊਜ਼ਿਕ ਨੂੰ ਮਿਊਜ਼ਿਕ ਤਰੀਕੇ ਨਾਲ ਸੁਣੋ, ਠੀਕ ਹੈ ਨਾ। ਵੀ ਨੈਗੇਟਿਵਿਟੀ ਨਹੀਂ ਆਪਾਂ ਕ੍ਰੀਏਟ ਕਰਨੀ, ਸਿਸਟਮ ਘੈਂਟ ਰੱਖੋ। ਤਾਂ ਮਜ਼ਾ ਮਾ ਪੰਜਾਬੀ ਮਿਊਜ਼ਿਕ ਆ ਡਾਰਲਿੰਗ, ਬੜੇ ਮਾਣ ਦੀ ਗੱਲ ਆ ਸਾਡੇ ਸਾਰਿਆਂ ਵਾਸਤੇ, ਠੀਕ ਹੈ। ਮੇਰੇ ਵਾਸਤੇ ਲਾ ਲਓ, ਹੈ ਨਾ, ਜਿਨ੍ਹਾਂ ਨੂੰ ਮੈਂ ਸੁਣਿਆ ਉਹਨਾਂ ਵਾਸਤੇ ਡਾਰਲਿੰਗ। ਅੱਜ ਆਪਣਾ ਮਿਊਜ਼ਿਕ ਦੇ ਉੱਤੇ ਇੰਟਰਨੈਸ਼ਨਲੀ ਵਾਚ ਹੋ ਰਹੀ ਹੈ ਪੰਜਾਬੀ ਮਿਊਜ਼ਿਕ 'ਤੇ। ਸਭ ਤੋਂ ਵੱਡੀ ਗੱਲ ਇਹ ਹੈ, ਛੋਟੀਆਂ ਮੋਟੀਆਂ ਗੱਲਾਂ ਨੂੰ ਆ, ਦੁੱਖੀਆਂ ਨੂੰ ਛੱਡ ਕੇ, ਲੀਰਾਂ ਨੂੰ ਛੱਡ ਕੇ, ਜਿਹਨਾਂ ਨੂੰ ਇਹ ਲੱਗਦਾ ਵੀ ਕਹਿੰਦੇ ਹੁੰਦੇ ਨਾ ਵੀ ਕਹਿੰਦੇ ਵੀ ਪਾਣੀ 'ਤੇ, ਕਹਿੰਦਾ ਵੀ ਕੋਈ ਬੰਦਾ ਪਾਣੀ ਤੁਰਿਆ ਜਾਂਦਾ ਸੀ, ਅੱਗੇ ਅੱਗੇ ਉਹ ਗੱਲ ਇਹਨਾਂ ਦੀ ਕਿ ਪਾਣੀ 'ਤੇ ਕਿਸੇ ਤਾਂ ਤੁਰ ਜਾਂਦੇ, ਇਹਨੂੰ ਤੈਰਨਾ ਨਹੀਂ ਆਉਂਦਾ, ਹੈ ਨਾ। ਉਹ ਗੱਲ ਹੈ ਡਾਰਲਿੰਗ। ਸਭ ਤੋਂ ਵੱਡੀ ਚੀਜ਼ ਆਪਣੇ ਸਾਰਿਆਂ ਵਾਸਤੇ, ਮੇਰੇ ਸੁਣਨ ਵਾਲਿਆਂ ਵਾਸਤੇ, ਮੇਰੇ ਚਾਹੁਣ ਵਾਲਿਆਂ ਵਾਸਤੇ, ਜਿੰਨੇ ਮੇਰੇ ਭੈਣ ਭਾਈ ਨੇ ਮੈਨੂੰ ਪਿਆਰ ਕਰਦੇ ਨੇ, ਉਹਨਾਂ ਵਾਸਤੇ ਸਭ ਤੋਂ ਵੱਡੀ ਖੁਸ਼ਖਬਰੀ ਇਹ ਹੈ ਡਾਰਲਿੰਗ ਵੀ ਆਪਣਾ ਜਿਹੜਾ ਪੰਜਾਬੀ ਮਿਊਜ਼ਿਕ ਇੰਟਰਨੈਸ਼ਨਲੀ ਹਿੱਟ ਕਰ ਰਿਹਾ ਸਾਰੇ ਪਾਸੇ, ਠੀਕ ਹੈ ਨਾ। ਅੱਜ ਆਪਣਾ ਯੂਟਿਊਬ ਚੈਨਲ ਸਿੱਧੂ ਮੂਸੇਵਾਲਾ ਯੂਟਿਊਬ ਚੈਨਲ ਸੋਨੀ ਮਿਊਜ਼ਿਕ ਇੰਡੀਆ ਨੂੰ ਕੱਟ ਕਰਕੇ ਨੰਬਰ 1 'ਤੇ ਗਿਆ, ਮੋਸਟ ਕੁਐਂਟਡ ਚੈਨਲ ਔਨ ਇਨ ਦਾ ਇੰਡੀਆ, ਨੰਬਰ 1 ਸਿੱਧੂ ਮੂਸੇਵਾਲਾ ਚੈਨਲ, ਹੈ ਨਾ ਡਾਰਲਿੰਗ। ਵੀ ਘੈਂਟ ਵੀ ਆਹ ਚੀਜ਼ਾਂ ਦੇਖੋ ਡਾਰਲਿੰਗ, ਹੈ ਨਾ। ਸਾਰੀਆਂ ਤੁਸੀਂ ਇੰਨਾ ਪਿਆਰ ਦਿੱਤਾ ਇੱਕ ਗਾਣੇ ਨੂੰ, ਹੈ ਨਾ ਡਾਰਲਿੰਗ, ਅਤੇ ਸਾਰਾ ਕੁਛ ਕਿੰਨਾ ਵਧੀਆ ਹੋ ਗਿਆ, ਸਾਰਾ ਕੁਛ ਇੰਨਾ ਸਿਸਟਮ ਸਹੀ ਹੈ ਵੀ ਸਾਰੇ ਚੀਜ਼ ਨੂੰ ਜਾਣ ਪੋਜ਼ਿਟਿਵਿਟੀ ਲਿਆ ਕਰੋ, ਹੈ ਨਾ। ਮੈਂ ਸਾਰਿਆਂ ਨੂੰ ਜਿੰਨੇ ਵੀ ਉੱਦਾਂ ਨਹੀਂ ਕਿਸੇ ਨੂੰ ਕਹਿ ਰਿਹਾ, ਕੋਈ ਕਿਸੇ ਨੂੰ ਠੋਕਰ ਨਹੀਂ ਕਰ ਰਿਹਾ ਵੀ ਆਪਾਂ ਸਾਰੇ ਆਪਾਂ ਕਹਿ ਰਹੇ ਪੰਜਾਬੀ ਸੱਭਿਆਚਾਰ ਡਾਰਲਿੰਗ, ਸੱਭਿਆਚਾਰ ਦਾ ਵੈਲੂਏਸ਼ਨ ਦੇ ਕਿੱਥੇ ਤੱਕ ਹੋ ਰਿਹਾ, ਹੈ ਨਾ। ਠੀਕ ਹੈ, ਚਲੋ ਇਹ ਨਹੀਂ ਕਹਿੰਦੇ ਵੀ ਸਾਰੇ ਪਾਸੇ ਸਹੀ ਹਾਂ, ਕਿਸੇ ਪਾਸੇ ਅਸੀਂ ਗਲਤ ਵੀ ਹੋ ਸਕਦੇ ਹਾਂ, ਪਰ ਤੁਸੀਂ ਇਹ ਦੇਖੋ ਪੰਜਾਬੀ ਮਿਊਜ਼ਿਕ ਇੰਟਰਨੈਸ਼ਨਲੀ ਜਾ ਰਿਹਾ, ਠੀਕ ਹੈ ਨਾ, ਜਿੱਥੇ ਲੋਕਾਂ ਦੀਆਂ ਅੱਜ ਮੈਨੂੰ ਲੱਗਦਾ ਆਪਣਾ 1 ਮਿਲੀਅਨ ਕਮੈਂਟ ਹੋਇਆ ਯੂਟਿਊਬ 'ਤੇ। ਤੁਸੀਂ ਇੰਨਾ ਸਾਰਿਆਂ ਨੇ ਪਿਆਰ ਦਿਖਾਇਆ, ਮੈਂ ਤੁਹਾਨੂੰ ਹਜੇ ਕਿਹਾ ਵੀ ਨਹੀਂ ਸੀਗਾ ਵੀ ਚਲੋ ਕਮੈਂਟ ਕਰ ਦਿਓ, ਕਿਉਂਕਿ ਸਾਲਿਆਂ ਨੂੰ ਇਹਦੇ ਗੱਲ 'ਤੇ ਵੀ ਐਲਰਜੀ ਹੁੰਦੀ ਹੈ ਵੀ ਉਹਦਾ ਫਲਾਨਾ ਕਰ ਲਿਆ, ਧਮਕਾ ਕਰ ਲਿਆ, ਹੈ ਨਾ। ਮੈਨੂੰ ਯਾਰ ਠੀਕ ਹੈ, ਮੈਨੂੰ ਨਾ ਵੀ ਕਦੇ ਕਦੇ ਐਂ ਲੱਗਦਾ ਹੁੰਦਾ ਵੀ ਯਾਰ ਕੀ, ਹੈ ਨਾ, ਵੀ ਨਾ ਲੀਲੀਆਂ ਫੀਲੀਆਂ
ਕੋਈ ਇਸ਼ੂ ਵਾਲੀ ਗੱਲ ਨਹੀਂ, ਪਰ ਵੀ ਤੁਸੀਂ ਇਹ ਦੇਖੋ ਡਾਰਲਿੰਗ ਵੀ ਮਿਊਜ਼ਿਕ ਗਲੋਬਲੀ ਕਿੱਥੇ ਜਾ ਰਿਹਾ, ਪੰਜਾਬੀ ਮਿਊਜ਼ਿਕ ਕਿੱਥੇ ਤੱਕ ਜਾਈ ਜਾਂਦਾ ਡਾਰਲਿੰਗ, ਕਿੰਨੇ ਕਾਲੇ ਗੋਰੇ ਸੁਣੀ ਜਾਂਦੇ ਸਾਡੀ ਮਿਊਜ਼ਿਕ ਨੂੰ, ਇੰਡੀਆ ਦੀ ਕਿੰਨੀ ਆਬਾਦੀ ਹੈ ਡਾਰਲਿੰਗ, ਇੰਡੀਆ ਦੀ ਆਬਾਦੀ ਦੇ ਉੱਤੋਂ ਇੱਕ ਪੰਜਾਬੀ ਦਾ ਗਾਣਾ ਭੈਣ ਚੋਂ ਕ੍ਰੋਸ ਕਰਕੇ ਕਿੱਥੇ ਜਾ ਰਿਹਾ, ਸਮਝ ਰਹੇ ਹੋ ਨਾ ਡਾਰਲਿੰਗ, ਵੀ ਇਹੋ ਜਿਹੀਆਂ ਚੀਜ਼ਾਂ ਦੇਖ ਕੇ ਖੁਸ਼ ਹੋਇਆ ਕਰੋ, ਬਾਕੀ ਇਹਨਾਂ ਚੀਜ਼ਾਂ ਦੀ ਦੇਖ ਕੋਈ ਵੀ ਹੈ ਕੋਈ ਵੀ ਵੱਡੀ, ਆਪਾਂ ਤਾਂ ਬਹੁਤ ਨੋਰਮਲ ਇਨਸਾਨ ਹੈ, ਮੇਰੇ 'ਚ ਤਾਂ ਮੈਂ ਕਹਿੰਦਾ ਵੀ ਹਜ਼ਾਰ ਕਮੀ ਹੋਊ, ਹਰ ਕਮੀ ਹੋਊ, ਹਰ ਕਮੀ ਹੋਊਗੀ, ਹੈ ਨਾ, ਇਹ ਦੁਨੀਆਂ ਦਾ ਇਹੋ ਤਾਂ ਹੋਈਆਂ, ਉਹਨਾਂ ਦੇ ਵੱਟੇ ਮਾਰੇ ਨੇ ਇਹਨਾਂ ਨੇ, ਹੈ ਨਾ, ਆਪਾਂ ਤਾਂ ਜਮੀ ਉਸ ਹਿਸਾਬ ਦੇ ਨਾਲ ਉਹਨਾਂ ਦੇ ਪੈਰ ਵਰਗੇ ਵੀ ਨਹੀਂ ਹੈਗੀਆਂ, ਅਤੇ ਬਹੁਤ ਘੈਂਟ ਡਾਰਲਿੰਗ, ਜਿਉਂਦੇ ਵੱਸਦੇ ਰਹੋ ਭੈਣ ਚੋ, ਉਹ ਉਸਤਾਦ ਨਿਕਲ ਜਾਂਦੀ ਹੈ ਗੱਲ, ਅਸੀਂ ਕਿਹੜਾ ਵੀ ਬਹੁਤ ਸੰਤ ਮਹਾਨ ਪੁਰਸ਼ ਹਾਂ, ਸਾਡੇ ਤਾਂ ਮੂੰਹ 'ਚ ਮੈਂ ਤਾਂ ਹਜ਼ਾਰ ਗੱਲ ਕੱਢਦਾ ਦਿਨ 'ਚ, ਮੈਂ ਇੱਥੇ ਕੰਟਰੋਲ ਕਰਨਾ ਪੈਂਦਾ ਮੈਨੂੰ, ਅਤੇ ਪੰਜਾਬੀ ਲੈਂਗੁਏਜ 'ਚ ਹੀ ਆ ਭਰਾ, ਹੁਣ ਕੀ ਕਰੀਏ, ਅਤੇ ਦੂਜੀ ਗੱਲ ਡਾਰਲਿੰਗ, ਪਹਿਲਾਂ ਤਾਂ ਮੈਂ ਤੁਹਾਡਾ ਵਾਲਾ ਵਾਲਾ ਸ਼ੁਕਰੀਆ ਕਰਦਾ, ਦੂਜੀ ਗੱਲ ਮੇਰੇ ਭਰਾਵਾਂ ਨੂੰ ਮੈਂ ਇਹ ਬੇਨਤੀ ਕੀਤੀ ਸੀ ਕਿ ਵੀ ਜਿਹੜੀਆਂ ਦੁੱਕੀਆਂ ਤਿੱਕੀਆਂ ਉਹਨਾਂ ਦਾ ਧਿਆਨ ਨਾ ਕਰਿਆ ਕਰੋ ਡਾਰਲਿੰਗ, ਕੋਈ ਮਾੜਾ ਚੰਗਾ ਬੋਲਦਾ ਨਾ ਉਹਨਾਂ ਲਈ ਆਪਦੇ ਲਈ ਮਾੜਾ, ਹੈ ਨਾ, ਅਤੇ ਇਹ ਊਂ ਨਹੀਂ, ਉਹ ਕਹਿੰਦੇ ਹੁੰਦੇ ਨਾ ਦੂਰੋਂ ਖੜ੍ਹ ਕੇ ਭੌਂਕਣ ਵਾਲੇ ਹੁੰਦੇ ਨੇ ਉਹ ਨੇ, ਠੀਕ ਹੈ ਨਾ, ਜਦੋਂ ਇੱਥੇ ਨੇੜੇ ਤੇੜੇ ਹੁੰਦੇ ਉਹਨੂੰ ਕੋਈ ਫਰਕ ਦਾ ਵੀ ਨਹੀਂ ਹੁੰਦਾ, ਕੋਈ ਇਸ਼ੂ ਨਹੀਂ, ਜਮੀ ਘਬਰਾਉਣ ਦੀ ਲੋੜ ਨਹੀਂ, ਠੀਕ ਹੈ ਨਾ, ਕਹਿੰਦੇ ਹੁੰਦੇ ਨਾ ਇੱਕ ਸਮਾਈਲ ਬਹੁਤ ਹੁੰਦੀ ਹੈ ਤੁਹਾਡੀ ਪਰੀ ਕਰਨ ਲਈ ਸਾਰਿਆਂ ਨੂੰ, ਹੈ ਨਾ, ਤਾਮਾ ਜਾਮਾ ਗ੍ਰੈਂਡ ਆਪਣਾ ਸਭ ਨੂੰ ਦਿਖ ਰਿਹਾ, ਠੀਕ ਹੈ ਨਾ, ਸਾਰੀ ਦੁਨੀਆਂ ਨੂੰ ਦਿਖ ਰਿਹਾ, ਕੌਣ ਕਿਹਦੇ ਦੇ ਵਿੱਚ ਕਿੱਦੀ ਹੈ ਜੇ ਕਹਿੰਦੇ ਨੇ ਆ ਕੇ, ਕੋਈ ਰੌਲੇ ਵਾਲੀ ਗੱਲ ਨਹੀਂ ਡਾਰਲਿੰਗ, ਘਬਰਾਹਟ ਹੀ ਕੋਈ ਨਹੀਂ ਕਿਸੇ ਦੀ, ਠੀਕ ਹੈ ਨਾ, ਵੀ ਵਾਹਿਗੁਰੂ ਸੱਚੇ ਪਾਤਸ਼ਾਹ ਨੇਗਾ ਤੁਹਾਡੇ ਇੰਨਾ ਸਾਰਿਆਂ ਦਾ ਪਿਆਰ ਆ, ਅਤੇ ਅੱਜ ਮੈਨੂੰ ਬਹੁਤ ਖੁਸ਼ੀ ਹੈ ਜਾਨ, ਨੰਬਰ 1 ਯੂਟਿਊਬ ਚੈਨਲ ਹੋਇਆ ਆਪਣਾ ਮੋਸਟ ਕਮੈਂਟਡ ਯੂਟਿਊਬ ਚੈਨਲ, ਹੈ ਨਾ, ਦੂਜੀ ਗੱਲ ਇਹ ਹੈ ਡਾਰਲਿੰਗ, ਦੂਜੀ ਗੱਲ ਇਹ ਆ ਗਲੋਬਲੀ ਆਪਣਾ ਮਿਊਜ਼ਿਕ ਬਹੁਤ ਘੈਂਟ ਜਾ ਰਿਹਾ ਡਾਰਲਿੰਗ, ਬਹੁਤ ਦੂਰ ਦੂਰ ਤੱਕ ਮਿਊਜ਼ਿਕ ਪਹੁੰਚ ਰਿਹਾ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਕਰਕੇ, ਠੀਕ ਹੈ, ਤੀਜੀ ਗੱਲ ਇਹ ਹੈ ਡਾਰਲਿੰਗ, ਹੁਣ ਤੁਹਾਨੂੰ ਮੈਂ ਖੁਸ਼ਖਬਰੀ ਸੁਣਾਉਣਾ, ਜਿਹੜੀ ਮੈਂ ਖੁਸ਼ਖਬਰੀ ਕਹਿੰਦਾ ਸੀ ਡਾਰਲਿੰਗ, ਹੁਣ ਤਾਂ ਜਾਨ ਦੇਖੋ ਤੁਸੀਂ, ਮੈਂ ਪਿਛਲੇ ਸਾਲ 24 ਮਾਰਚ 2019 ਨੂੰ ਨਾ ਆਪਣਾ ਯੂਟਿਊਬ ਚੈਨਲ ਤੇਰੀ ਸਮਾਈਲ ਵੀ ਘੈਂਟ ਆ ਦੰਦਾਂ ਵਾਲੀ ਉਸਤਾਦ, ਕੋਈ ਨਹੀਂ ਉਸਤਾਦ, ਸ਼ਕਲਾਂ ਸਾਰਿਆਂ ਨੇ ਇੱਕੋ ਜਿਹੀਆਂ ਹੁੰਦੀਆਂ, ਤੇਰੀ ਬਾਹਲੀ ਸੋਹਣੀ ਸ਼ਕਲ ਆ ਤੂੰ ਚਲਾ ਲਾ ਉਸਤਾਦ, ਸਾਡੀਆਂ ਤਾਂ ਅਸੀਂ ਤਾਂ ਮਾੜੀਆਂ ਚੰਗੀਆਂ ਸ਼ਕਲਾਂ ਨਾਲ ਹੀ ਆਏ ਹਾਂ, ਇਹੋ ਜਿਹੀ ਸ਼ਕਲ ਰਹੋ, ਤੂੰ ਬਜ਼ਾਰਾ ਜਿਹੜੀ ਕਟਰੀਨਾ ਕੈਬ ਆਉਣੀ ਆ, ਭਰਾਵਾਸ ਤਾਂ ਇਹੋ ਜਿਹੀਆਂ, ਠੀਕ ਹੈ ਨਾ, ਸ਼ਕਲਾਂ ਨਾਲ ਇਹੋ ਜਿਹੇ ਲੰਡੂ ਹੁੰਦੇ ਨੇ ਦੋ ਤਿੰਨ, ਦੁੱਖੀਆਂ ਕੀ ਨਾਂ ਇਹਦਾ, ਖੜ੍ਹ ਜਾ ਮੈਂ ਤੁਹਾਨੂੰ ਦੱਸਦਾ, ਇੱਕ ਮਿੰਟ ਖੜ੍ਹ ਜਾ, ਇੱਥੇ ਜਵਾ ਗਿਆ, ਸੋਰੀ ਵੀਰੇ, ਖੜ੍ਹ ਜਾਓ, ਲਵੀ ਸਮਾਣਾ, ਕੰਜਰ ਦੇ ਐਨਕਾਂ ਤੂੰ ਐਂ ਲਾ ਰੱਖੀਆਂ ਜਿਵੇਂ ਮਿੰਨੀ ਬਸ ਦੇ ਸ਼ੀਸੇ ਲਾਏ ਹੁੰਦੇ ਨੇ, ਗੱਲਾਂ ਕਰ ਸਾਡੀਆਂ, ਭਰਾ ਅਸੀਂ ਆਪਦੀ ਸ਼ਕਲ, ਜਿੰਨੀ ਸਾਡੀ ਸ਼ਕਲ ਹੈਗੀ ਅਸੀਂ ਉਨਾ ਕੁ ਕੰਮ ਕਰ ਲਿਆ, ਤੂੰ ਆਪਦਾ ਕੰਮ ਕਰ, ਠੀਕ ਹੈ ਨਾ, ਤਾਮਜਾਮ, ਦੂਜੀ ਗੱਲ ਡਾਰਲਿੰਗ, ਹਾਂ ਮੈਂ ਯਾਰ ਭੁੱਲ ਗਿਆ ਕੀ ਕਹਿੰਦੇ ਹੁੰਦੇ ਸਿਸਟਮ ਆ, ਜਿਹੜੀ ਮੈਂ ਤੁਹਾਨੂੰ ਖੁਸ਼ਖਬਰੀ ਦੇਣੀ ਸੀ ਬਾਈ, ਉਹ ਯਾਰ ਹੋ ਜਾਂਦਾ ਕਦੇ ਕਦੇ ਡਾਰਲਿੰਗ, ਪਤਾ ਕੀ ਧਿਆਨ ਮੈਂ ਹੋ ਜਾਂਦਾ ਜਦੋਂ ਕੋਈ ਦੁੱਕੀ ਬੰਦਾ ਆ ਜਾਂਦਾ ਨਾ ਮੂਹਰੇ, ਫਿਰ ਖਿੱਚ ਚੜ ਜਾਂਦੀ ਹੈ, ਉਹ ਮੈਂ ਕਹਿ ਰਿਹਾ ਸੀਗਾ, ਹਾਂ ਡਾਰਲਿੰਗ, ਆਪਾਂ ਪਿਛਲੇ ਸਾਲ 24 ਮਾਰਚ 2019 ਨੂੰ ਚੈਨਲ ਸਟਾਰਟ ਕੀਤਾ ਸੀ, ਹੈ ਨਾ, ਅਤੇ ਇੱਥੇ ਜਿਹੜੇ ਬਹੁਤ ਘੈਂਟ ਬਣਦੇ ਆ ਲੇਬਲਾਂ ਲੂਬਲਾਂ ਵਾਲੇ, ਸਭ ਦੇ ਤਾਮਾ ਜਾਂ ਮੈਂ ਲਾਤਾ, ਠੀਕ ਹੈ ਨਾ, ਤੁਸੀਂ ਇੰਨਾ ਪਿਆਰ ਦਿੱਤਾ ਜਾਣ, ਅੱਜ 5.5 ਮਿਲੀਅਨ 5.5 ਮਿਲੀਅਨ 5.5 ਹੋ ਗਿਆ, ਹੈ ਨਾ, ਆਲਮੋਸਟ, ਅਤੇ ਡਾਰਲਿੰਗ ਜਿਹੜੇ ਘੈਂਟ ਬਣਦੇ ਜਾਣ ਉਹਨਾਂ ਲੇਬਲਾਂ ਤੋਂ ਵੱਡੇ ਆਪਣੇ ਚੈਨਲ ਨੇ ਅੱਜ, ਠੀਕ ਹੈ ਨਾ, ਅਤੇ ਬਹੁਤ 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 ਪਿਆਰ ਦਿੱਤਾ ਜਾਣ, ਤੁਸੀਂ ਸਤਿਕਾਰ ਕਰਦਾ ਤੁਹਾਡਾ, ਇਹ 5 ਮਿਲੀਅਨ ਦੀ ਦੌੜ ਕੁਛ ਨਹੀਂ, ਇਹ ਘੱਟੋ ਘੱਟ 20 ਮਿਲੀਅਨ 21 ਮਿਲੀਅਨ ਜਾਊਗਾ ਚੈਨਲ, ਅੱਜ ਤਾਂ ਮੈਂ ਕਹਿੰਦਾ ਵੀ ਕੁਛ ਵੀ ਨਹੀਂ, ਇੱਕ ਸਾਲ ਦੇ ਵਿੱਚ ਡਾਰਲਿੰਗ, ਠੀਕ ਹੈ ਨਾ, ਪਹਿਲੀ ਗੱਲ ਡਾਰਲਿੰਗ, ਸਿੱਧੂ ਮੂਸੇਵਾਲਾ ਹੋ ਗਿਆ ਜਾਣ ਐਂਡ, ਠੀਕ ਹੈ ਨਾ, ਉਹ ਆਪਣਾ ਟੋਪਿਕ ਹੋ ਗਿਆ ਐਂਡ, ਅਤੇ ਡਾਰਲਿੰਗ ਇਸੇ ਮਹੀਨੇ ਦੇ ਵਿੱਚ ਤੁਹਾਨੂੰ ਇੱਕ ਖੁਸ਼ਖਬਰੀ ਹੋਰ ਦੇਣ ਲੱਗਿਆ ਜਾਣ, ਕਿਉਂਕਿ ਹੁਣ ਜਾਣ ਕਈ ਬੰਦਿਆਂ ਨੇ ਗਾਣੇ ਹੁੰਦੇ ਨੇ, ਹੈ ਨਾ, ਹੁਣ ਜਿਵੇਂ ਆਪਣੀ ਟੀਮ ਹੋ ਗਈ, ਪ੍ਰੇਮ ਹੋ ਗਿਆ ਭਰਾ ਆਪਣਾ, ਠੀਕ ਹੈ, ਸ਼ੂਟਰ ਹੋ ਗਿਆ, ਠੀਕ ਹੈ ਨਾ, ਆਪਣੇ ਕਈ ਭਰਾ ਨੇ ਜਿਹੜੇ ਆਪਣੇ ਨਾਲ ਕੰਮ ਕਰਦੇ ਨੇ, ਮੈਂ ਸਾਈਨ ਨਹੀਂ ਕਹੂੰਗਾ ਕਿਉਂਕਿ ਸਾਈਨ ਆਪਾਂ ਮੰਨਦੀ ਨਹੀਂ, ਉਹ ਆਪਣੇ ਸਾਰੇ ਛੋਟੇ ਭਰਾ ਨੇ, ਠੀਕ ਹੈ, ਅਤੇ ਕੁਛ ਕੁ ਛੋਟੇ ਭਰਾ ਆਪਣੇ ਹੋਰ ਨੇ ਜਿਹੜੇ ਘੈਂਟ ਕੰਮ ਕਰਦੇ ਨੇ, ਘੈਂਟ ਗਾਉਂਦੇ ਨੇ, ਅਤੇ ਡਾਰਲਿੰਗ ਮੈਂ ਤੁਹਾਨੂੰ ਤਰੀਕ ਨਹੀਂ ਦੱਸ ਰਿਹਾ, ਨਾ ਮੈਂ ਤੁਹਾਨੂੰ ਲੇਵਲ ਦਾ ਨਾਮ ਦੱਸ ਰਿਹਾ, ਮੈਂ ਜਾਣ ਆਪਣਾ ਆਪਦਾ ਲੇਵਲ ਲਾਂਚ ਕਰਨ ਲੱਗਿਆ ਇਸੇ ਮਹੀਨੇ, ਜਿਹੜੇ ਜਿਹੜਾ ਵੀ ਘੈਂਟ ਗਾਊਗਾ, ਜਿਹੜਾ ਘੈਂਟ ਲਿਖੂਗਾ ਜਾਂ ਅਤੇ ਲੇਵਲ 'ਤੇ ਆਊਗਾ ਗਾਣਾ, ਅਤੇ ਬੜੇ ਘੈਂਟ ਘੈਂਟ 14 ਗਾਣੇ ਤਿਆਰ ਕਰੀ ਬੈਠੇ ਹਾਂ ਅਸੀਂ, ਠੀਕ ਹੈ, ਨਵੇਂ ਮੁੰਡਿਆਂ ਦੇ ਜਮਾਂ ਬਿਲਕੁਲ ਫਰੈਸ਼ ਅਤੇ ਆਪਣੇ ਚੈਨਲ 'ਤੇ ਆ ਰਹੇ ਨੇ, ਅਤੇ ਆਹ ਮਹੀਨੇ ਦੇ ਵਿੱਚ ਤੁਹਾਨੂੰ ਮੈਂ ਚੈਨਲ ਪਾਊਂਗਾ, ਇੱਕ ਛੋਟੀ ਜਿਹੀ ਝਲਕ ਪਾਊਂਗਾ ਚੈਨਲ ਦੀ, ਠੀਕ ਹੈ ਨਾ, ਆਹ ਮਹੀਨੇ ਦੇ ਮੇ ਵੀ ਐਂਡ 'ਤੇ ਪਾ ਰਿਹਾ, ਠੀਕ ਹੈ ਨਾ, ਅਤੇ ਆਪਣੇ ਕਿਉਂਕਿ ਹੁਣ ਜਿਹੜਾ ਮੇਰਾ ਚੈਨਲ ਆ ਜਾਣ, ਹੁਣ ਮੈਂ ਇਹਦੇ 'ਤੇ ਹੋਰ ਲੋਕਾਂ ਦੇ ਗਾਣੇ ਰਿਲੀਜ਼ ਨਹੀਂ ਕਰ ਸਕਦਾ, ਕਿਉਂਕਿ ਮੇਰੇ ਕਦੇ ਆਪਦੇ ਗਾਣਾ, ਕਦੇ ਮੇਰਾ ਪ੍ਰੇਮ ਦਾ ਆ ਗਿਆ, ਕਦੇ ਕੁਛ ਆ ਗਿਆ, ਹੈ ਨਾ, ਵੀ ਬੜਾ ਸਟਾਫ ਰਹਿੰਦਾ ਡਾਰਲਿੰਗ, ਹੈ ਨਾ, ਆਪਣਾ ਇਹ ਚੈਨਲ ਤਾਂ ਹੈਗਾ ਹੀ ਹੈ ਘੈਂਟ, ਇਹਦੇ 'ਤੇ ਮੇਰੇ ਪਰਸਨਲ ਗਾਣੇ ਸਾਰੇ ਆਇਆ ਕਰਨਗੇ ਡਾਰਲਿੰਗ, ਇੱਕ ਤੋਂ ਇੱਕ ਜਿੰਨੇ ਵੀ ਮੇਰੇ ਘੈਂਟ ਗਾਣੇ ਜੋ ਵੀ ਗਾਣੇ ਹੋਇਆ ਕਰਨਗੇ ਮੇਰੇ ਉਹਦੇ 'ਤੇ ਆਇਆ ਕਰਨਗੇ,
अपने लेवल ते आया करनगे डार्लिंग, सारे बाकी जिन्ने भी गाने होंगे जी मेरी कलैबोरेशन भी होया करो वो चैनल ते आया करो, तो चैनल का नाम बहुत कैंट आ चिरी चिरी तुम दसदा, ठीक है ना जान तैयार हो डार्लिंग तो गा पाना, एडे एडे कैंट गाने आ रहे हैं भी, कुछ भी नहीं मैं सारा स्टाफ रोकया हुआ से, मैं सिर्फ आपले आपले गाने रिलीज़ कर रहा, जिन्हें भी कलैबोरेशन है किसी बंद आ रही ने सारिया वे आनगियां डार्लिंग, तैयार रहो तो हरेक दो हफ्त बाद गाना आया करो, दो हफ्त बाद ठा 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 नाल दी नाल, ठीक है ना। तो मैं थोड़ा ये नहीं कह रहा भी सबसक्राइब करो या शेयर करो कुछ, पर गाने सुनो डार्लिंग एक बार गाने थोड़ा पसंद आने ये 101% मेरी गरंटी है। तो गेम गाना जो सारे का फेवरेट है, गेम गाना भी उस चैनल तैयार है, गेम गाने ही चैनल शुरू करा आप, शूटर का गाना मैं तो शूटर बंब बुला देंगे घेंट घेंट गाना पूरा। तो बाकी डार्लिंग मैं उही गल कहना भी सारू यही कहना भी सारा बहुत बहुत प्यार है जान, थोड़ा छोटा भरा गलती फलती माफ जे मैं कुछ गलत मलत कहा हो माड़ा मोटा, तो दूजी गल है डार्लिंग सारे जाने अपना ध्यान रखियो बहुत बहुत, मैं कहना वाहगुरु अगर दुआ करता मेरी उम्र भी थोड़ा ला दे, तो नज़ारा आता जान सचो एडा नज़ारा आ रहा भैन जो भी घेंट गाने फिर फिर मैं गाल गलती है ना निकल जाती की करा, ठीक है ना, बड़ा घेंट यार रिस्पोंस मिल रहा, ठीक है ना। ਇਹ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਵੀ ਇਹ ਜਿਹੜੇ ਮਿਲੀਅਨ ਕਮੈਂਟ ਜਿਹੜੇ 1 million ਕਮੈਂਟ 9 ਘੰਟੇ 'ਚ ਨਹੀਂ ਹੋਏ ਬਾਈ, ਇਹ ਹੋ ਗਏ ਸੀਗੇ ਆਲਮੋਸਟ 2:30 ਵਜੇ 2:47 'ਤੇ, 2:47 'ਤੇ ਪਤਾ ਕੀ ਹੁੰਦਾ ਹੈਗਾ ਵੀ ਜਦੋਂ ਆਪਾਂ ਬਾਹਲੇ ਕਮੈਂਟ ਹੋ ਜਾਂਦੇ ਨੇ ਯੂਟਿਊਬ ਨਾ ਉਹਨਾਂ ਨੂੰ ਲਾਈਕ ਸਪੈਮ 'ਚ ਪਾ ਦਿੰਦੀ ਹੈ ਨਾ, ਉਹ ਫਿਰ ਸਾਨੂੰ ਅਸੈਪਟ ਕਰਨੇ ਪੈਂਦੇ ਨੇ, ਸਾਰੇ ਅਸੈਪਟ ਕਰਕੇ ਵਧਾਏ ਫਿਰ ਕਿਉਂਕਿ ਸਾਨੂੰ ਪਤਾ ਸੀ ਇੱਧਰੋਂ ਜ਼ੋਰ ਲੱਗਿਆ ਪਿਆ ਸਾਰਿਆਂ ਦਾ ਵੀ ਹਾਂ ਮਿਲੀਅਨ ਕਿਉਂ ਨਹੀਂ ਹੋ ਰਹੇ ਮਿਲੀਅਨ, ਮਿਲੀਅਨ ਵੀਰੇ ਆਲਰੇਡੀ 2:47 'ਤੇ ਹੋ ਗਏ ਸੀ, ਮੈਂ ਸਕਰੀਨਸ਼ਾਟ ਵੀ ਸ਼ੇਅਰ ਕਰ ਦੂੰਗਾ ਸਟੋਰੀ 'ਤੇ ਆਪਣੀ 'ਤੇ। ਅਤੇ ਬੜਾ ਹੀ ਪਿਆਰ ਸੀ ਜਾਨ ਹੈ ਨਾ, ਮੈਂ ਤਾਂ ਮੈਂ ਕਹਿੰਦਾ ਵੀ ਯਾਰ ਕਿਸੇ ਦੀ ਇੱਜ਼ਤ ਬਣਾਉਣਾ ਜੇ ਮੈਂ ਕਹੀ ਜਾਂ ਵੀ ਮੈਂ ਇਕੱਲਾ ਲਈ ਫਿਰ ਤਾਂ ਸਾਰਾ ਕੁਛ ਕੁਛ ਨਹੀਂ ਡਾਰਲਿੰਗ, ਜੇ ਤੁਸੀਂ ਇੰਨਾ ਹਿੱਕ ਡਾਹ ਕੇ ਪਿੱਛੇ ਖੜ੍ਹ ਦਿਓ ਡਾਰਲਿੰਗ ਤਾਂ ਹੀ ਹੈ ਸਾਰਾ ਕੁਛ। ਬਾਕੀ ਮੇਰੀ ਜਾਨ ਸਾਰਿਆਂ ਨੂੰ ਪਿਆਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਮੇਰੇ ਬੰਨਿਓ, ਗਲਤੀ ਫਲਤੀ ਮਾਫ਼ ਕਰਿਓ, ਆਪਣਾ ਸਾਰੇ ਧਿਆਨ ਰੱਖਿਓ ਮੇਰਾ ਵੀਰ, ਤੁਹਾਡੀ ਬਹੁਤ ਲੋੜ ਆ ਸਾਨੂੰ, ਠੀਕ ਹੈ। ਅਤੇ ਚੈਨਲ ਵਾਲਾ ਪੜਾਕਾ ਪਾ ਰਿਹਾ ਆ ਮਹੀਨੇ ਦੇ ਐਂਡ, ਸਤਿ ਸ਼੍ਰੀ ਅਕਾਲ।